ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਕਸਿਤ ਭਾਰਤ ਸੰਕਲਪ ਯਾਤਰਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੁਰਾਦਪੁਰਾ ਪਹੁੰਚੀ, ਜਿੱਥੇ ਭਾਰਤੀ ਜਨਤਾ ਪਾਰਟੀ ਦੇ ਹਿਮਾਚਲ ਪ੍ਰਦੇਸ਼ ਦੇ ਰਾਜ ਸਭਾ ਮੈਂਬਰ ਸਿਕੰਦਰ ਕੁਮਾਰ ਤੇ ਭਾਜਪਾ ਦੇ ਸੰਗਠਨ ਮੰਤਰੀ ਨਿਵਾਜ਼ੁਦੀਨ ਉਚੇਚੇ ਤੌਰ ਤੇ ਪਹੁੰਚੇ। ਇਸ ਦੌਰਾਨ ਪਿੰਡ ਵਾਸੀਆਂ ਨੂੰ ਸਰਕਾਰ ਦੀਆਂ ਵੱਖ ਵੱਖ ਲੋਕ ਭਲਾਈ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਵੱਖ ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਯੋਜਨਾਵਾਂ ਤੇ ਉਨ੍ਹਾਂ ਦੇ ਲਾਭਾਂ ਬਾਰੇ ਦੱਸਿਆ। ਰਾਜ ਸਭਾ ਮੈਂਬਰ ਸਿਕੰਦਰ ਕੁਮਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸਰਕਾਰ ਵੱਲੋਂ ਬਹੁਤ ਸਾਰੀਆਂ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਅਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਇਨ੍ਹਾਂ ਯੋਜਨਾਵਾਂ ਦੇ ਟੀਚਿਆਂ ਨੂੰ ਯਕੀਨੀ ਬਣਾ ਰਹੀ ਹੈ। ਇੱਕ ਹੀ ਮਕਸਦ ਹੈ ਮੋਦੀ ਜੀ ਦਾ ਕਿ ਆਪਣੇ ਦੇਸ਼ ਵਾਸੀਆਂ ਨੂੰ ਸਸ਼ਕਤ ਕਰਨਾ, ਵਿਕਸਿਤ ਕਰਨਾ। ਔਰ ਜਿਤਨੀ ਵੀ ਯੋਜਨਾ ਹੈ, ਚਾਹੇ ਵਿਸ਼ਵਕਰਮਾ ਯੋਜਨਾ ਹੈ, ਆਯੁਸ਼ਮਾਨ ਯੋਜਨਾ ਹੈ, ਚਾਹੇ ਆਪਕੀ ਕਿਸਾਨ ਸਨਮਾਨ ਨਿਧੀ ਹੈ, ਜਿਸ ਕੇ ਤਹਿਤ 6000 ਰੁਪਇਆ ਕਿਸਾਨੋਂ ਕੋ ਜੋ ਹੈ ਪ੍ਰਤੀ ਵਰਸ ਮੋਦੀ ਸਰਕਾਰ ਦੇ ਰਹੀ ਹੈ, ਔਰ ਜਨਧਨ ਯੋਜਨਾ ਹੈ, ਬੇਟੀ ਬਚਾਓ ਬੇਟੀ ਪੜ੍ਹਾਓ ਹੈ, ਬਹੁਤ ਸੀ ਯੋਜਨਾ ਹੈ। ਉਜਵਲਾ ਗੈਸ ਯੋਜਨਾ ਹੈ, 55,000 ਗੈਸ ਕਨੈਕਸ਼ਨ ਪ੍ਰਤੀ ਦਿਨ ਲਗਾ ਕਰ ਦੇ ਰਹੀ ਹੈ, 11,000 ਆਵਾਸ ਜੋ ਹੈ ਪ੍ਰਤੀ ਦਿਨ ਜੋ ਹੈ ਵੋ ਮੋਦੀ ਸਰਕਾਰ ਬਣਾ ਕਰ ਦੇ ਰਹੀ ਹੈ। ਸੀਆਰਪੀ ਟੀਮ ਨੇ ਅਜੀਵਿਕਾ ਮਿਸ਼ਨ ਸੈਲਫ ਹੈਲਪ ਗਰੁੱਪ ਦੀ ਜਾਣਕਾਰੀ ਦਿੱਤੀ ਤੇ ਮੈਂ ਉਸ ਗਰੁੱਪ ਨਾਲ ਜੁੜੀ। ਜੁੜਨ ਤੋਂ ਬਾਅਦ ਮੈਨੂੰ ਇਸ ਸਕੀਮ ਵਿੱਚੋਂ ਬਹੁਤ ਸਾਰੀਆਂ ਜਾਣਕਾਰੀ ਮਿਲੀ ਕਿ ਆਪਾਂ ਘਰ ਤੋਂ ਲੈ ਕੇ ਛੋਟੀਆਂ ਜ਼ਰੂਰਤਾਂ ਤੋਂ ਲੈ ਕੇ ਆਪਣਾ ਅਜੀਵਿਕਾ ਮਿਸ਼ਨ ਦੇ ਜ਼ਰੀਏ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ। ਸਭ ਤੋਂ ਪਹਿਲਾਂ ਰਿਵੋਲਿੰਗ ਫੰਡ ਲੈ ਕੇ ਮੈਂ ਆਪਣੀ ਪੜ੍ਹਾਈ ਜਿਹੜੀ 10ਵੀਂ ਕਲਾਸ ਸੀ ਉਸ ਤੋਂ ਬਾਅਦ ਪਲੱਸ ਟੂ ਸ਼ੁਰੂ ਕੀਤੀ, ਯਾਨੀ ਕਿ ਇੱਕ ਐਜੂਕੇਸ਼ਨ ਜੋ ਅਧੂਰੀ ਰਹਿ ਗਈ ਸੀ ਮੇਰੀ ਉਹਦਾ ਸੁਪਨਾ ਸਾਕਾਰ ਕੀਤਾ।